ना पुत नूं बत्ती लग दे नूं वेख्या, ना पुत नूं तड़फदे नूं वेख्या, ना रेता च दब्बिया नूं वेख्या। पर हस्पताल गया ने तां उत्थे मैनूं सद्दिया ने वी बच्चे नूं आ पिछे दिखाई पानी दा बहुत बड़ा छप्पड़ तलाब जी। मां जी ना इहदे उपर छापर आ, ना इहनूं मिट्टी नाल लिपिया होया वा, सिर्फ कान्हे सिटे होए आ। मां जी जदों बारिश आंदी आ फिर साफ सारा पानी च आउंदा होणा। नबी पाक सल्लल्लाहु अलैहि वसल्लम दे हत्थां मुबारकां चों हौज़े कौसर अता फरमा। मैदाने ओहद अंदर कुफार ने इन्ना तंग कीता, इन्ना तंग कीता कि आप दे 70 सहाबा शहीद हो गए। बिस्मिल्लाह रहमान रहीम। मुबीन भाई अलहमदुल्ला, जिहड़ा अज दा वाटर प्रोजेक्ट, सब तो पहला अल्लाह पाक दे इंतहाई शुक्रगुजार हां कि बहुत ही अहम ਘਰ ਦੇ ਅੰਦਰ ਲੱਗ ਰਿਹਾ ਕਿ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਘਰ ਆ ਤੇ ਘਰ ਦੇ ਅੰਦਰ ਨਾ ਪੰਪ ਆ ਤੇ ਨਾ ਕੋਈ ਨਲਕਾ ਤੇ ਸਾਹਮਣੇ ਪਾਣੀ ਪਾਣੀ ਲੇਕਿਨ ਪੀਣ ਵਾਸਤੇ ਕਤਰਾ ਨਹੀਂ। ਕਤਰਾ ਨਹੀਂ, ਇੱਕ ਪੋਇਮ ਨਹੀਂ ਪੜਦੇ ਹੁੰਦੇ ਸੀ ਸਮੁੰਦਰ 'ਚ, ਪਾਣੀ ਪਾਣੀ ਲੇਕਿਨ ਪੀਣ ਵਾਸਤੇ ਕਤਰਾ ਨਹੀਂ, ਕਿਉਂਕਿ ਇਹ ਟੋਬਾ ਵਾ, ਇਹਨੂੰ ਗੰਦਾ ਪਾਣੀ ਕਹਿੰਦੇ। ਪੂਰੇ ਪਿੰਡ ਦਾ ਇਹਨੇ ਪਾਣੀ ਇੱਥੇ ਜਮ੍ਹਾਂ ਹੁੰਦਾ, ਇੱਥੇ ਜਮ੍ਹਾਂ ਜਾਂਦਾ। ਇਹਦੇ ਦੇਖ ਲਓ ਕਿ ਕਿਨਾਰੇ ਹੀ ਚੁੱਲ੍ਹੇ ਪਏ ਆ, ਰੋਟੀ ਪਾਣੀ ਹਾਂਡੀ ਰੋਟੀ ਦਾ ਸਿਸਟਮ ਆ ਤੇ ਉਹਦੇ ਨਾਲ ਹੀ ਜਿਹੜਾ ਵਾ ਆਹ ਨਾਲ ਹੀ ਛੱਪੜ ਜਿਹਨੂੰ ਕਹਿੰਦੇ। ਤੇ ਹੁਣ ਮੁਬੀਨ ਭਾਈ ਜਿਹੜਾ ਮੇਨ ਆਪਣਾ ਹੈਗਾ ਨਾ ਮਕਸਦ ਨਲਕਾ ਲਗਾਉਣ ਦਾ, ਉਹ ਆ ਜਿਹੜਾ ਇੱਥੇ ਅਲਹਮਦੁਲਿਲਾ ਆਪਣਾ ਬੋਰ ਹੋ ਰਿਹਾ ਜੀ। ਆ ਇਹਨਾਂ ਦਾ ਸਮਝ ਲਓ ਇੱਕ ਛੋਟਾ ਜਿਹਾ ਧਾਰਾ ਤੇ ਨਾਲ ਹੀ ਪਿੱਛੇ ਇੱਕ ਛੋਟਾ ਜਿਹਾ ਕਮਰਾ ਹੋਇਆ। ਭਾਈ ਲਓ ਜੀ ਆਪਾਂ ਮੇਨ ਬਾਜ਼ਾਰ 'ਚ ਇੰਟਰ ਹੋਏ ਹਾਂ, ਜਿਹਦਾ ਕਿ ਕੋਈ ਗੇਟ ਵੀ ਨਹੀਂ ਹੈ ਔਰ ਨਾਲ ਹੀ ਆਹ ਦੋ ਕਮਰੇ ਆ ਜਿਹਦੇ ਅੰਦਰ ਸਮਝ ਲਓ ਕਿ ਦੋ ਫੈਮਲੀਆਂ ਰਹਿ ਰਹੀਆਂ। ਬੱਚਾ ਜਿਹਦੇ ਵਾਲੇ ਸਾਫ਼ ਫੋਤ ਹੋ ਗਏ ਹੈ, ਦੇਖ ਲਓ ਕਿ ਹਲੇ ਕੀ ਛੋਟੀ ਜਿਹੀ ਉਮਰ ਆ। ਅੱਛਾ ਜੀ, ਮਾਂ ਜੀ ਸਭ ਤੋਂ ਪਹਿਲਾਂ ਤੁਸੀਂ ਕਾਫ਼ੀ ਦੇਰ ਦਾ ਸਾਡੇ ਅੱਗੇ ਇਸਰਾਰ ਕਰ ਰਹੇ ਸੀ ਕਿ ਆਹ ਨਲਕੇ ਦੀ ਬੜੀ ਅਸ਼ਦ ਜ਼ਰੂਰਤ ਆ। ਸਭ ਤੋਂ ਪਹਿਲਾਂ ਇਹ ਦੱਸੋ ਕਿ ਨਲਕਾ ਲਾ ਕੇ ਕਿੰਨੀ ਕੁ ਤੁਹਾਨੂੰ ਖੁਸ਼ੀ ਹੋਈ ਆ? ਬਹੁਤ ਜ਼ਿਆਦਾ ਹੋਈ ਹੈ, ਮੈਂ ਤੁਹਾਡੇ ਵਾਸਤੇ ਵੀ, ਅੱਲਾਹ ਤਾਲਾ 'ਤੇ ਵੀ ਖੁਸ਼ ਹਾਂ, ਤੁਹਾਡੇ ਵਾਸਤੇ ਵੀ ਖੁਸ਼ ਹਾਂ। ਹਾਂ ਵੀ ਆਣੀ ਹੈ, ਮੇਰੇ ਬੱਚਿਆਂ ਨੇ ਮੈਨੂੰ ਨਲਕਾ ਲਾ ਦੇ ਤਾਂ ਇਹਨਾਂ ਨੂੰ ਤੰਦਰੁਸਤੀ ਦੇਵੇ ਅੱਲਾਹ ਸੋਹਣੇ, ਇਹਨਾਂ ਨੂੰ ਮਾਣ ਵਾਲੀ ਸਿਹਤ ਵਾਲੀ ਲੰਮੀ ਜ਼ਿੰਦਗੀ ਦੇਵੀ, ਆਮੀਨ, ਇਹਨਾਂ ਦੇ ਦਿਲ ਦੀਆਂ ਆਸਾਂ ਪੂਰੀਆਂ ਕਰੀ, ਆਮੀਨ। ਅੱਛਾ ਜੀ ਮਾਂ ਜੀ, ਸਭ ਤੋਂ ਪਹਿਲਾਂ ਮਾਂ ਜੀ ਹੁਣ ਇਹ ਦੱਸੋ ਕਿ ਆ ਕੇ ਬੱਚਾ ਵਾ ਇੱਥੇ ਛੋਟਾ, ਬੱਚੇ ਤਾਂ ਕਿੰਨੇ ਫਿਰਦੇ ਆ, ਜ਼ਾਹਰੀ ਬਾਤ ਦੋ ਫੈਮਲੀਜ਼ ਆ, ਉਹ ਛੋਟੇ ਬੱਚੇ ਇਹਨਾਂ ਦੇ ਵਾਲ ਸਾਹਿਬ ਫੋਤ ਕਿੱਦਾਂ ਹੋਏ ਸੀ? ਤੁਹਾਡਾ ਬੇਟਾ ਸੀ? ਹਾਂਜੀ, ਬੱਤੀ ਲੱਗੀ ਕਲਰ ਕਰਦੇ ਨੂੰ ਪੁੱਤ, ਮੈਂ ਨਾ ਪੁੱਤ ਨੂੰ ਬੱਤੀ ਲੱਗਦੇ ਨੂੰ ਵੇਖਿਆ, ਨਾ ਪੁੱਤ ਨੂੰ ਤੜਫਦੇ ਨੂੰ ਵੇਖਿਆ, ਨਾ ਰੇਤਾ 'ਚ ਦੱਬਿਆਂ ਨੂੰ ਵੇਖਿਆ। ਪਰ ਹਸਪਤਾਲ ਗਿਆ ਨੇ ਤੇ ਉੱਥੇ ਮੈਨੂੰ ਸੱਦਿਆ ਨੇ ਵੀ ਬੱਚੇ ਨੂੰ ਆ। ਮਾਂ ਜੀ ਇਹਨ ਗੱਲਾਂ ਮਾਫ਼ ਕਰੇ, ਘਰ ਬਿਜਲੀ ਲੱਗੀ ਸੀ ਜਾਂ ਕਿਤੇ ਕੰਮ ਕਰਦੇ? ਲਾਹੌਰ ਕਲਰ ਕਰਦਾ ਸੀ ਸਦਰ। ਸਹੀ, ਅੱਛਾ ਸਦਰ ਬਾਜ਼ਾਰ ਨਹੀਂ, ਸਦਰ ਜੀ 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 ਕਰਨ ਡਿਆ ਸੀ। ਤੇ ਹੁਣ ਬੱਚਿਆਂ ਦਾ ਕਿਸ ਤਰ੍ਹਾਂ ਮੈਂ ਕੌਣ ਸੰਭਾਲਦਾ? ਬੱਚੇ ਬਸ ਅਸੀਂ ਆ ਗਏ। ਸਹੀ, ਹਾਂ ਦਾਦੀ ਦਾਦਾ ਜੀ, ਭਾਵੇਂ ਅਸੀਂ ਸੱਕੇ ਦਾਦੀ ਦਾਦਾ ਪੁੱਤ, ਮਾਂ ਪਿਓ ਵਾਲੀ ਪਿਓ ਵਾਲੀ ਮੁਹੱਬਤ ਨਹੀਂ ਲੱਭਦੇ ਬੱਚਿਆਂ ਨੂੰ। ਬੱਚਿਆਂ ਨੂੰ ਆ ਨਿੱਕਾ ਜਿਹਾ ਆਇਓ, ਮੈਨੂੰ ਆਉਂਦਾ ਆਉਂਦਾ ਅੰਮੀ ਅੱਲਾ ਸੁਣਦਾ ਹੈ ਨਾ ਮਾਂ ਦੀਆਂ ਦੁਆਵਾਂ, ਤੂੰ ਆਖ ਅੱਲਾ ਨੂੰ ਸਾਡਾ ਪਾਪਾ ਦੇ ਜਾ ਤੇ ਪੁੱਤ ਨੂੰ ਕਿੱਥੇ ਗਿਆ ਜਿਹੜਾ ਨਹੀਂ। ਅੱਲਾਹ ਅਕਬਰ, ਦਿਲ ਮੁਬੀਨ ਭਾਈ ਕੀ ਉਮਰ, ਸੱਟਾਂ ਨਹੀਂ ਫਿਨਸੀਆਂ ਨਿਕਲੀਆਂ। ਅੱਛਾ ਅੱਛਾ, ਅੱਲਾਹ ਪਾਕ ਰਹਿਮਤ ਫਰਮਾਨ। ਮਾਂ ਜੀ ਇੱਥੇ ਦੋ ਫੈਮਲੀਜ਼ ਰਹਿੰਦੀਆਂ ਹੈ ਨਾ ਇੱਕ ਇੱਕ ਕਮਰੇ ਦੇ ਅੰਦਰ? ਉਹ ਨਿੱਕੇ ਬੇਟੇ ਦਾ, ਅੱਛਾ ਉਹ ਵੀ ਉਹ ਕੰਮ ਕਰਦਾ। ਸਹੀ, ਉਹਦੇ ਤੋਂ ਵੱਡਾ ਵੱਡਾ ਬੇਟਾ, ਯਾਨੀ ਕਿ ਦੋਵਾਂ ਕਮਰਿਆਂ ਦੇ ਵਿੱਚ ਤੁਹਾਡੇ ਯਾਨੀ ਕਿ ਮਰਾਜ ਜਿਹੜਾ ਛੋਟਾ ਬੇਟਾ ਉਹ ਨਾਲ ਦੇ ਕਮਰੇ ਦੀ ਫੈਮਲੀ, ਜਿਹੜਾ ਬੜਾ ਯਾਨੀ ਕਿ ਉਹਦੀ ਉਰਲੇ ਕਮਰੇ ਦੀ ਫੈਮਲੀ, ਲੇਕਿਨ ਬੜਾ ਯਾਨੀ ਕਿ ਫੋਤ ਹੋ ਗਿਆ ਹੈ ਨਾ, ਤੇ ਉਸ ਤੋਂ ਇਲਾਵਾ ਤੁਸੀਂ ਵੀ ਯਾਨੀ ਕਿ ਇੱਥੇ ਰਹਿਣਾ ਹੈ ਨਾ? ਠੰਡ ਨੀ ਲੱਗਦੀ ਆਖਰੀ? ਅੱਛਾ ਮਾਂ ਜੀ ਇੱਥੇ ਆਪਣਾ ਕਮਰਾ ਵਾ? ਹਾਂ ਇਹ ਮੇਰਾ ਕਮਰਾ ਜੀ। ਮਾਂ ਜੀ ਜਦੋਂ ਬਾਰਿਸ਼ ਆਉਂਦੀ ਹੈ ਫਿਰ ਸਾਫ਼ ਸਾਰਾ ਪਾਣੀ 'ਚ ਆਉਂਦਾ ਹੋਣਾ ਫੋਲੀ, ਤੇ ਇਹ ਦੱਸੋ ਫਿਰ ਇੱਦਾਂ ਇੱਥੇ ਸਿਆਲ ਰੁਕ ਜੂਗਾ ਇਸ ਜਗ੍ਹਾ ਦੇ ਉੱਪਰ? ਰੁਕਣਾ ਹੀ ਹੈ, ਜਦੋਂ ਹੁਣ ਉੱਥੇ ਲਿਆ ਕੇ ਛਾਪਰ ਪੁੱਤਰਾਂ ਨੂੰ ਮਿਹਨਤ ਕਰਨੀ ਵੀ ਦੇ ਦਿਓ, ਕੋਈ 1000 ਰੁਪਈਆ ਉੱਥੇ ਛਾਪਰ ਲਿਆ ਕੇ ਪਾ ਲਾਂਗੇ, ਆ ਰੇੜੀ ਹੈਗੀ ਉਹ ਅਸੀਂ ਮਿੱਟੀ ਲਿਆ ਕੇ ਧੋਲੇ ਪਲਾਂਗੇ, ਸਿਆਲ ਤਾਂ ਕੱਢਣਾ ਉੱਪਰ ਹੈ। ਪਰਵਰਦਿਗਾਰ ਸਾਡੀ ਮਾਂ ਵਾਸਤੇ ਆਸਾਨੀਆਂ ਪੈਦਾ ਫਰਮਾ ਦਿਓ, ਜੇ ਭਾਈ ਛੋਟਾ ਜਿਹਾ ਵੀ ਕਮਰਾ ਬਣਿਆ ਹੋਵੇ ਨਾ, ਜੇ ਭਾਈ ਪਿੰਡ ਵਾਲਿਆਂ ਨੂੰ ਕਦੋਂ ਸਾਡੇ ਮੁਆਸ਼ਰੇ ਅੰਦਰ ਸ਼ੌਰ ਬਿਦਾਰ ਹੋਊਗਾ ਕਿ ਅਸੀਂ ਇੱਕ ਦੂਜੇ ਦਾ ਖਿਆਲ ਕਰੀਏ। ਪਿੰਡ ਵਾਲਿਆਂ ਨੂੰ ਚਾਹੀਦਾ ਕਿ ਜਿਹੜਾ ਸਾਡੇ ਪਿੰਡ 'ਚ ਮਾੜਾ ਨਾ, ਦੋ ਦੋ ਗਲੀਆਂ ਮਿਲ ਕੇ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਲੈ ਇੱਕ ਕਮਰਾ ਛੋਟਾ ਜਿਹਾ, ਮੇਰੇ ਖਿਆਲ 10-15 ਹਜ਼ਾਰ ਰੁਪਏ 'ਚ ਕਮਰਾ ਇਹਨਾਂ ਦਾ ਬਣ ਜਾਣਾ।
इन्नी बेबसी है कि साढ़े मुआशरे अंदर हद ही हो गई। माँ जी आ जाओ, नलका अल्लाह पाक ने थोड़े घर अलहमदुल्ला लवाता जे भाई, ना पंप से रे ना नलका से है, परवरदिगार है। माँ जी जेडे तेरे बेटे जी फोत हो गए, ओदे वैसे किन्ने बच्चे हैं? दो कमरे ते दो फैमिलियां। अच्छा अच्छा बच्चे मां जी माँ जी सबर इस तरह करना ना रोवो माँ जी। अल्लाह के नबी नू ना मैदाने ओहद अंदर कुफार ने इन्ना तंग किया, इन्ना तंग किया कि आप दे 70 सहाबा शहीद हो गए। हजरत अमीरे हमजा रज़ी अल्लाह ताला नू उन्होंने जुल्म और सितम दी उन्होंने अखीर कर दी। सहाबा कहन लगे ऐ अल्लाह के नबी हूँ तो दुआ मंगो कि हूँ इन्होंने तबाही फेर दी, इन्ना अपन तंग किया है, आप सलम तकलीफा दे तकलीफा दे रहे। आपने फरमाया नहीं, मैंने वास्ते रहमत बन के आया वा, सबर करो। अल्लाह सबर करने वाले का साथी होंगे वा। परवरदिगार तुसी जिन्ना सबर करोगे अल्लाह ने जिन्ना की दिता ना अल्लाह ज्यादा भी नवाजोगे इंशाल्लाह। अच्छा मुबीन भाई घर की मुख्तसर हिस्ट्री ये सी कि सिर्फ दो कमरे जिदे अंदर दो फैमिलियां नाल ही माड़िया घुमाइए ना पिछे दिखाई पानी का बहुत बड़ा छप्पड़ तालाब जिन्हों गंदे पानी का आप ਪਿੰਡਾਂ ਦੇ ਅੰਦਰ ਕਿਉਂਕਿ ਇਦਾਂ ਦਾ ਸਿਸਟਮ ਹੁੰਦਾ ਹੈ ਨਾ ਸਮੈਲ ਵੀ ਆਉਂਦੀ ਹੈ ਨਾ ਪੂਰੇ ਗਟਰਾਂ ਦਾ ਨਾਲੀਆਂ ਦਾ ਪਾਣੀ ਦੇ ਅੰਦਰ ਸਾਰਾ ਆਉਂਦਾ ਵਾ ਜੀ ਜੀ ਸਮੈਲ ਤੋਂ ਇਲਾਵਾ ਅੱਲਾ ਮਾਫ ਕਰੇ ਮੇਨ ਜਿਹੜਾ ਮੱਛਰ ਤੇ ਬਿਮਾਰੀ ਦਾ ਮਸਲਾ ਨਾ ਉਹ ਸਭ ਤੋਂ ਜ਼ਿਆਦਾ ਹੁੰਦਾ ਵਾ। ਅੱਛਾ ਮਾਂ ਜੀ ਇਸ ਤੋਂ ਪਹਿਲਾਂ ਯਾਨੀ ਕਿ ਪਾਣੀ ਪੂਰੇ ਘਰ ਦੇ ਅੰਦਰ ਨਾ ਕੋਈ ਪੰਪ ਨਾ ਕੋਈ ਨਲਕਾ ਸੀ, ਕਿੱਥੋਂ ਫੇ ਪਾਣੀ ਲੈ ਕੇ ਆਉਂਦੇ ਹੁੰਦੇ ਸੀ? ਬਾਹਰੋਂ ਲੈ ਕੇ ਆਉਂਦੇ ਹੁੰਦੇ ਸੀ ਕਿੱਥੋਂ? ਆਂਡ ਅਸੀਂ ਕਿਤੇ ਪੈਪ ਸਕੂਲ ਵਿੱਚ ਲੈ ਆਣੀ, ਉਸ ਵਿੱਚ ਪੈਪ ਦੇ ਆ ਕੇ ਤੇ ਭਰ ਲੈਂਦੇ, ਉਹ ਕਿ ਭਰ ਲੈਂਦੇ ਬੱਚਿਆਂ ਵਾਸਤੇ ਮੀਟਰ ਤੇ ਸਾਡਾ ਬੱਚਾ ਦੇ ਲਾਤ ਲੈ ਗਏ ਨਹੀਂ ਬਿੱਲ ਤੇ ਆ ਗਿਆ ਪੁੱਤ ਤੇ ਮੀਟਰ ਸਾਡਾ ਲਾ ਕੇ ਜਿੱਦੋਂ ਮੈਂ ਤੁਹਾਡੇ ਕੋਲ ਗਈ ਹਾਂ ਨਾ ਜੀ ਜੀ ਸਾਡਾ ਮੀਟਰ ਲਾ ਕੇ। ਅੱਛਾ ਘਰ ਦੀ ਬਿਜਲੀ ਵੀ ਗਈ ਜੇ ਬਿਜਲੀ ਦੀ ਪੰਖਾ ਜਿਹੜਾ ਪੰਖਾ ਕਹਿਆ ਤਾਂ ਬਲਬ ਜਿਹੜਾ ਚੱਲਣਾ ਸੀ ਸਰਦੀਆਂ ਨੂੰ ਉਹ ਵੀ ਜੇ ਭਾਈ ਖਤਮ ਹੋ ਗਿਆ। ਅੱਲਾਹ ਅਕਬਰ। ਅੱਛਾ ਮਾਂ ਜੀ ਅੱਜ ਦਾ ਜਿਹੜਾ ਖਸੂਸੀ ਤੌਰ ਤੇ ਨਲਕਾ ਵਾ ਨਾ ਜਿਨ੍ਹਾਂ ਵਾਸਤੇ ਤੁਸੀਂ ਖਸੂਸੀ ਦੁਆ ਕਰਨੀ ਆ, ਸਾਡੇ ਬੜੇ ਹੀ ਪਿਆਰੇ ਆ ਖਸੂਸੀ ਤੌਰ ਤੇ ਮਾਂ ਜੀ ਫਾਖਰਾ ਸ਼ਾਹ ਸਾਹਿਬਾ ਜਿਨ੍ਹਾਂ ਦੇ ਰੈਫਰੈਂਸ ਦੇ ਨਾਲ ਲੱਗਿਆ ਔਰ ਉਹਨਾਂ ਦੇ ਨਾਲ ਹੀ ਜਿਨ੍ਹਾਂ ਨੇ ਪੇਮੈਂਟ ਕੀਤੀ ਆ ਸੈਯਦ ਕਮਰ ਅਬਾਸ ਸਾਹਿਬ ਔਰ ਬਾਜੀ ਸ਼ਮਾ ਨਹੀਦ, ਇਹਨਾਂ ਨੇ ਅਲਹਮਦੁਲਿਲਾ ਨਾ ਮਾਂ ਜੀ ਮੁਕੰਮਲ ਤੁਹਾਡੇ ਨਾਲ ਤਾਵਨ ਕੀਤਾ ਹੈ। ਇਹ ਅਲਹਮਦੁਲਿਲਾ ਉਹਨਾਂ ਦੀ ਤਰਫੋਂ ਯਾਨੀ ਕਿ ਨਲਕਾ ਲਗਾਇਆ ਗਿਆ। ਸੈਯਦ ਕਮਰ ਅਬਾਸ ਔਰ ਬਾਜੀ ਸ਼ਮਾ ਨਹੀਦ ਇਹਨਾਂ ਵਾਸਤੇ ਤੁਸੀਂ ਬੱਚਿਆਂ ਨੇ ਵੀ ਕੋ ਦੁਆ ਕਰਵਾਉਣੀ ਔਰ ਖੁਦ ਵੀ ਇਨਸ਼ਾਅੱਲਾ ਕਰਨੀ ਹੈ ਜੀ। ਅੱਲਾਹ ਪਾਕ ਨੂੰ ਆਪਣੀ ਲੰਬੀ ਜ਼ਿੰਦਗੀ ਲਗਾਣ ਅੱਲਾਹ ਸਾਰੇ ਨਾਲ ਮਿਲ ਕੇ। ਬੱਚੋ ਤੁਸੀਂ ਆਮੀਨ ਕਹਿਣਾ, ਮੈਂ ਦੁਆ ਕਰਵਾਉਂਗਾ ਇਨਸ਼ਾਅੱਲਾ। ਛੋਟੇ ਚਲੋ ਦੁਆ ਮੰਗੀਏ। ਬਿਸਮਿਲਲਾਹਿ ਰਹਿਮਾਨਿ ਰਹੀਮ। ਐ ਮੇਰੇ ਅੱਲਾਹ ਤੇਰੀ ਰਜ਼ਾ ਵਾਸਤੇ ਵਾਟਰ ਪ੍ਰੋਜੈਕਟ ਬਿਲਖਸੂਸ ਸੈਯਦ ਕਮਰ ਅਬਾਸ ਔਰ ਬਾਜੀ ਸ਼ਮਾ ਨਹੀਦ ਔਰ ਮਾਂ ਜੀ ਫਾਖਰਾ ਸ਼ਾਹ ਸਾਹਿਬਾ ਦੇ ਰੈਫਰੈਂਸ ਦੇ ਨਾਲ ਲੱਗਿਆ, ਅੱਲਾ ਤੂੰ ਆਪਣੀ ਬਾਰਗਾਹ ਦੇ ਅੰਦਰ ਕਬੂਲ ਓ ਮਨਜ਼ੂਰ ਫਰਮਾ। ਐ ਅੱਲਾ ਜਿਸ ਫੈਮਿਲੀ ਨੇ ਇਸ ਘਰ ਦਾ ਸੋਚਿਆ ਔਰ ਮੌਲਾ ਜਿਸ ਫੈਮਿਲੀ ਨੇ ਇਸ ਮੌਲਾ ਬਿਲਖਸੂਸ ਮਾਂ ਜੀ ਫਾਖਰਾ ਸ਼ਾਹ ਸਾਹਿਬਾ ਨੇ ਔਰ ਸੈਯਦ ਕਮਰ ਅਬਾਸ ਔਰ ਬਾਜੀ ਸ਼ਮਾ ਨਹੀਦ ਨੇ ਇਸ ਫੈਮਿਲੀ ਵਾਸਤੇ ਮੌਲਾ ਸੋਚਿਆ ਕਿ ਚਲੋ ਇਸ ਫੈਮਿਲੀ ਦਾ ਪਾਣੀ ਦਾ ਸਿਸਟਮ ਚੱਲ ਜਾਵੇ। ਮੌਲਾ ਤੂੰ ਕੱਲ੍ਹ ਕਿਆਮਤ ਵਾਲੇ ਦਿਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥਾਂ ਮੁਬਾਰਕਾਂ 'ਚੋਂ ਹੌਜ਼ੇ ਕੌਸਰ ਅਤਾ ਫਰਮਾ ਔਰ ਬਿਲਖਸੂਸ ਮੌਲਾ ਇਸ ਘਰ ਦੇ ਅੰਦਰ ਆਪਣੀਆਂ ਰਹਿਮਤਾਂ ਨਾਜ਼ਲ ਫਰਮਾ ਔਰ ਬਿਲਖਸੂਸ ਮੌਲਾ ਮਾਸੂਮ ਕਲੀਆਂ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਵਾਲਦ ਤੇਰੇ ਕੋਲ ਪਹੁੰਚ ਗਏ ਨੇ, ਐ ਅੱਲਾ ਬਿਲਖਸੂਸ ਤੂੰ ਉਹਨਾਂ ਨੂੰ ਜੰਨਤ ਉਲ ਫਿਰਦੌਸ 'ਚ ਆਲਾ ਮੁਕਾਮ ਅਤਾ ਫਰਮਾ। ਐ ਮੇਰੇ ਅੱਲਾ ਸਾਡੀ ਮਾਂ ਜੀ ਨੂੰ ਸਬਰ ਜਮੀਲ ਅਤਾ ਫਰਮਾ। ਮੌਲਾ ਬੱਚਿਆਂ ਨੂੰ ਤੂੰ ਆਪਣੀ ਮਦਦ ਦੇ ਨਾਲ ਮੌਲਾ ਆਪਣੀ ਰਹਿਮਤ ਦੇ ਨਾਲ ਇਹਨਾਂ ਨੂੰ ਬੜਿਆਂ ਔਰ ਇਹਨਾਂ ਦੀ ਉਮਰਾਂ 'ਚ ਬਰਕਤਾਂ ਤਾ ਫਰਮਾ ਤਾਂ ਕਿ ਆਉਣ ਵਾਲੇ ਵਕਤ ਦੇ ਅੰਦਰ ਕਿਸੇ ਦੇ ਅੱਗੇ ਹੱਥ ਨਾ ਫੈਲਾਉਣ। ਮੌਲਾ ਤੂੰ ਇਹਨਾਂ ਦੀਆਂ ਪਰੇਸ਼ਾਨੀਆਂ ਦੂਰ ਫਰਮਾ ਔਰ ਮੌਲਾ ਆਖਰ ਤੇ ਫਿਰ ਬਿਲਖਸੂਸ ਮੌਲਾ ਮਾਸੂਮ ਕਲੀਆਂ ਆਮੀਨ ਕਹਿ ਰਹੀਆਂ, ਤੂੰ ਮੌਲਾ ਇਹਨਾਂ ਦੀ ਆਮੀਨ ਦੇ ਬਦਲੇ ਮਾਂ ਜੀ ਫਾਖਰਾ ਸ਼ਾਹ ਸਾਹਿਬਾ ਨੂੰ ਔਰ ਅੰਕਲ ਜੀ ਸ਼ਾਹ ਸਾਹਿਬ ਨੂੰ ਸੈਯਦ ਕਮਰ ਅਬਾਸ ਨੂੰ ਔਰ ਬਾਜੀ ਸ਼ਮਾ ਨਹੀਦ ਨੂੰ ਸਿਹਤ ਵਾਲੀ ਈਮਾਨ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾ। ਮੌਲਾ ਤਮਾਮ ਦੀਆਂ ਪਰੇਸ਼ਾਨੀਆਂ ਦੂਰ ਫਰਮਾ। ਵਸੱਲ ਅੱਲਾਹੁ ਤਾਲਾ ਅਲਾ ਖੈਰ ਖਲਕਿ ਮੁਹੰਮਦ ਵਅਲਾ ਸਾਹਿਬ ਅਜਮਾਈਨ।